ਹੈਲੋ ਮਾਈ ਡੀਅਰ ਸਟੂਡੈਂਟਸ, ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਫਾਈਨ ਹੋ। ਬੇਟਾ, ਅੱਜ ਜਿਹੜੀ ਮੈਂ ਨੈਕਸਟ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਈ ਹਾਂ, ਇਟ ਇਜ਼ ਵੈਰੀ ਇੰਪੋਰਟੈਂਟ ਫੋਰ ਦੋਜ਼ ਜਿਨ੍ਹਾਂ ਨੇ ਕੰਪੀਟੀਸ਼ਨ ਐਗਜ਼ਾਮਸ 'ਚ ਬਹਿਣਾ ਹੈ। ਬਿਕੋਜ਼ ਬੇਟਾ, ਕੰਪੀਟੀਸ਼ਨ ਐਗਜ਼ਾਮਸ ਸਾਨੂੰ ਟਿਪਸ ਐਂਡ ਟ੍ਰਿਕਸ ਹੀ ਵਰਤਣੇ ਪੈਂਦੇ ਆ। ਨਾਓ, ਜਿਹੜਾ ਅੱਜ ਟਿਪ ਐਂਡ ਟ੍ਰਿਕ ਮੈਂ ਤੁਹਾਨੂੰ ਲੈ ਕੇ ਤੁਹਾਡੇ ਸਾਹਮਣੇ ਆਈ ਹਾਂ, ਉਹ ਹੈ ਹਾਊ ਟੂ ਡਿਟੈਕਟ ਅ ਗਰੁੱਪ ਐਂਡ ਅ ਪੀਰੀਅਡ ਆਫ ਐਨ ਐਲੀਮੈਂਟ। ਕਿੱਦਾਂ ਤੁਸੀਂ ਕਿਸੇ ਐਲੀਮੈਂਟ ਦਾ ਗਰੁੱਪ ਜਾਂ ਪੀਰੀਅਡ ਫਾਈਂਡ ਆਊਟ ਕਰ ਸਕਦੇ ਹੋ ਬੇਟਾ। ਪਰ ਗਰੁੱਪ ਅਤੇ ਪੀਰੀਅਡ ਫਾਈਂਡ ਆਊਟ ਕਰਨ ਲਈ ਜਿਹੜੇ ਸਾਨੂੰ ਦੋਨੋਂ ਬਹੁਤ ਹੈਲਪ ਕਰਦੇ ਨੇ ਪੀਰੀਓਡਿਕ ਟੇਬਲ ਦੇ ਰਿਲੇਟਡ, ਅਤੇ ਬੇਟਾ ਇਹਨੂੰ ਫਾਈਂਡ ਆਊਟ ਕਰਨ ਲਈ ਤੁਹਾਨੂੰ ਕੁਝ ਜਰਨਲ ਜਿਹੀਆਂ ਚੀਜ਼ਾਂ ਹੈ ਜਿਹੜੀਆਂ ਉਹ ਪਤਾ ਹੋਣੀਆਂ ਚਾਹੀਦੀਆਂ ਹੈ। ਅਤੇ ਸਭ ਤੋਂ ਪਹਿਲੇ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਕੁਝ ਜਰਨਲ ਜਿਹੀਆਂ ਚੀਜ਼ਾਂ 'ਚ। ਜਿਹੜੀ ਪਹਿਲੀ ਗੱਲ ਮੈਂ ਲਈ ਹੈ ਉਹ ਲਈ ਹੈ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੀ। ਬੇਟਾ, ਯੂ ਪੀਪਲ ਨੋ ਦੈਟ ਬੋਹਰ ਐਟੋਮਿਕ ਮਾਡਲ ਦੇ ਅਕੋਰਡਿੰਗ ਮੈਂ ਲਿਖਿਆ ਹੈ ਕਿ ਪਹਿਲੇ ਸ਼ੈਲ 'ਚ 2 ਇਲੈਕਟ੍ਰੋਨਸ ਹੁੰਦੇ ਨੇ, ਦੂਜੇ 'ਚ 8, ਫਿਰ 8, ਫਿਰ 18, 18, 32 ਐਂਡ ਸੋ ਔਨ। ਪਹਿਲੇ ਸ਼ੈਲ ਨੂੰ ਆਪਾਂ ਕਹਿੰਦੇ ਹਾਂ ਕੇ, ਦੂਜੇ ਨੂੰ ਐਲ, ਤੀਜੇ ਨੂੰ ਐਮ, ਐਨ ਐਂਡ ਸੋ ਔਨ। ਜੇ ਮੈਂ ਤੁਹਾਡੇ ਸਿਲੇਬਸ ਦੀ ਗੱਲ ਕਰਾਂ ਤਾਂ ਮੰਨ ਲਓ ਕਿ ਸੋਡੀਅਮ ਦਾ ਜਿਹੜਾ ਐਟੋਮਿਕ ਨੰਬਰ ਹੈ 11 ਹੈ, ਔਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਲਿਖੋ, ਤਾਂ ਤੁਸੀਂ ਲਿਖ ਦੋਗੇ 281। ਸਿਮੀਲਰਲੀ ਜੇ ਮੈਂ ਮੈਗਨੀਸ਼ੀਅਮ ਦੀ ਗੱਲ ਕਰਾਂ ਤਾਂ ਉਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ 282। ਬੇਟਾ, ਸਿੰਪਲ ਜੇ ਕਾਰਬਨ ਦੀ ਗੱਲ ਕਰਾਂ ਤਾਂ ਉਹਦਾ ਐਟੋਮਿਕ ਨੰਬਰ 6 ਹੈ ਅਤੇ ਉਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ 24। ਯਾਨੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਤਲਬ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆਪਾਂ ਕਿੱਦਾਂ ਲਿਖਣੀ ਹੈ। ਆਪਾਂ ਇੱਦਾਂ ਲਿਖਣੀ ਹੈ ਕਿ ਪਹਿਲੇ ਸ਼ੈਲ 'ਚ ਮੈਕਸੀਮਮ 2 ਇਲੈਕਟ੍ਰੋਨ ਆ ਸਕਦੇ ਹਨ, ਦੂਜੇ 'ਚ 8, ਤੀਜੇ 'ਚ ਵੀ 8, ਚੌਥੇ 'ਚ 18 ਐਂਡ ਸੋ ਔਨ। ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੈਨੂੰ ਆਰਗਨ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਲਿਖ ਕੇ ਦਿਓ, ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਰਗਨ ਦਾ ਐਟੋਮਿਕ ਨੰਬਰ 18 ਹੈ ਅਤੇ ਉਸ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 288 ਹੈ। ਯਾਨੀ ਮਤਲਬ 18 ਹੋ ਗਿਆ ਸਮ, 2 + 8 = 10 + 8 = 18। ਜੇ ਇੱਧਰ ਸਮ ਕਰੋਗੇ 4 + 2 = 6, ਇੱਧਰ ਸਮ ਕਰੋਗੇ 8 + 2 + 2 = 12, ਜੇ ਸੋਡੀਅਮ ਦਾ ਸਮ ਕਰੋਗੇ 8 + 2 = 10 + 1 = 11। ਠੀਕ ਹੈ ਬੇਟਾ, ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਕਿਉਂ ਇੰਪੋਰਟੈਂਟ ਹੈ? ਜੇ ਤੁਸੀਂ ਕਿਸੇ ਵੀ ਐਲੀਮੈਂਟ ਦੇ ਗਰੁੱਪ ਅਤੇ ਪੀਰੀਅਡ ਤੋਂ ਜਾਣੂ ਹੋਣਾ ਹੈ। ਇਲੈਕਟ੍ਰੋਨਿਕ ਕੌਨਫੀਗਰੇਸ਼ਨ ਤੋਂ ਬਾਅਦ ਜਿਹੜੀ ਅਗਲੀ ਚੀਜ਼ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਹਾਂ, ਦੈਟ ਇਜ਼ ਅਨਦਰ ਇੰਪੋਰਟੈਂਟ ਫੈਕਟ, ਇਜ਼ ਵੈਲੈਂਸੀ। ਵਟ ਇਜ਼ ਬੇਸਿਕਲੀ ਵੈਲੈਂਸੀ? ਬੇਟਾ, ਹੁਣੇ ਮੈਂ ਤੁਹਾਡੇ ਸਾਹਮਣੇ ਸੋਡੀਅਮ ਲਿਖਿਆ ਸੀ, ਮੈਂ ਕਿਹਾ ਸੀ ਕਿ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 281 ਹੈ, ਮੈਗਨੀਸ਼ੀਅਮ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 282 ਹੈ, ਕਾਰਬਨ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 24 ਹੈ। ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੈਨੂੰ ਦੱਸੋ ਕਿ ਸੋਡੀਅਮ ਦੀ ਵੈਲੈਂਸੀ ਕਿੰਨੀ ਹੈ, ਮੈਗਨੀਸ਼ੀਅਮ ਦੀ ਵੈਲੈਂਸੀ ਕਿੰਨੀ ਹੈ, ਕਾਰਬਨ ਦੀ ਵੈਲੈਂਸੀ ਕਿੰਨੀ ਹੈ, ਤਾਂ ਤੁਸੀਂ ਕੀ ਕਰੋਗੇ? ਆਹ ਵਾਲਾ ਸ਼ੈਲ ਦੇਖੋਗੇ ਜਿਹਨੂੰ ਅਸੀਂ ਵੈਲੈਂਸ ਸ਼ੈਲ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਵੈਲੈਂਸ ਸ਼ੈਲ। ਅਤੇ ਜਿਹੜੇ ਇਸ ਵੈਲੈਂਸ ਸ਼ੈਲ 'ਚ ਜਿੰਨੇ ਇਲੈਕਟ੍ਰੋਨਸ ਹੁੰਦੇ ਹੈ, ਦੈਟ ਇਜ਼ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ, ਉਹਨੂੰ ਆਪਾਂ ਕੀ ਕਹਿੰਦੇ ਹਾਂ ਕਿ ਉਹ ਗਿਵਨ ਐਲੀਮੈਂਟ ਦੀ ਵੈਲੈਂਸੀ ਹੈ। ਬੇਟਾ, ਇਹਦਾ ਮਤਲਬ ਸੋਡੀਅਮ ਦੀ ਜਿਹੜੀ ਵੈਲੈਂਸੀ ਹੈ, ਇਹਦਾ ਮਤਲਬ ਜਿਹੜੀ ਸੋਡੀਅਮ ਦੀ ਵੈਲੈਂਸੀ ਹੈ ਦੈਟ ਇਜ਼ 1, ਜਿਹੜੀ ਮੈਗਨੀਸ਼ੀਅਮ ਦੀ ਵੈਲੈਂਸੀ ਹੈ ਦੈਟ ਇਜ਼ 2। ਨੋ ਡਾਊਟ ਕਿ ਇੱਥੋਂ ਤੁਹਾਨੂੰ ਲੱਗ ਰਿਹਾ ਹੈ ਕਿ ਕਾਰਬਨ ਦੀ ਵੈਲੈਂਸੀ 4 ਹੈ, ਪਰ ਬੇਟਾ ਇਹਦੇ ਲਈ ਆਪਾਂ ਇੱਕ ਜਰਨਲ ਰੂਲ ਬਣਾਇਆ ਹੈ ਕਿ ਜੇ ਤਾਂ ਵੈਲੈਂਸ ਸ਼ੈਲ ਵਿੱਚ ਨੰਬਰ ਆਫ ਇਲੈਕਟ੍ਰੋਨਸ 3 ਤੱਕ ਹੈ, ਤਾਂ ਇਹਦਾ ਮਤਲਬ ਦੈਟ ਇਜ਼ ਇਕੁਅਲ ਟੂ ਵੈਲੈਂਸੀ। ਬਟ ਇਫ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ, ਜੇ ਵੈਲੈਂਸ ਸ਼ੈਲ ਵਿੱਚ ਜਿਹੜੇ ਵੈਲੈਂਸ ਇਲੈਕਟ੍ਰੋਨਸ ਹੈ ਉਹ 4, 5, 6, 7 ਜਾਂ 8 ਹੈ, ਤੋ ਦੈਟ ਇਜ਼ ਵੈਲੈਂਸੀ ਇਜ਼ ਇਕੁਅਲ ਟੂ 8 - ਨੰਬਰ ਆਫ ਵੈਲੈਂਸ ਇਲੈਕਟ੍ਰੋਨਸ। ਠੀਕ ਹੈ ਬੇਟਾ, ਇੱਥੇ ਮੈਂ ਇੱਕ ਕੋਮਨ ਜੀ ਇਗਜ਼ਾਮਪਲ ਲਵਾਂਗੀ ਤੁਹਾਡੇ ਸਾਹਮਣੇ ਨੀਓਨ ਦੀ। ਕਿਹਦੀ ਇਗਜ਼ਾਮਪਲ ਲਈ ਮੈਂ? ਨੀਓਨ ਦੀ।
ठीक है बेटा मैं इतने लिख देनी हूँ नियोन, मान लो नियोन का अटोमिक नंबर 10 है, इहदा मतलब उहदी इलेक्ट्रॉनिक कॉन्फिगरेशन 2-8 है। जे असी इस फॉर्मूले दे नाल देखिए कि वेलेंस शैल दी जड़ी वैलेंसी है वो वेलेंस इलेक्ट्रॉन्स दे बराबर है तो फिर तो नियोन दी वैलेंसी कितनी होगी 8, बट नो नियोन दी वैलेंसी की है 8 माइनस नंबर ऑफ इलेक्ट्रॉन्स इन द वेलेंस शैल दैट इज 0। इहदा मतलब नियोन की है साडी जिहदी वैलेंसी 0 हो गई, नियोन इज आर नोबल गैस। ठीक है बेटा, इदा ही अगर मैं जे तुहानूं कहां कि तुसीं मैनूं नाइट्रोजन दी वैलेंसी दसो ते सारे जाने दसो भी नाइट्रोजन दा जिहड़ा अटोमिक नंबर है किन्ना हुंदा है 7, इहदी इलेक्ट्रॉनिक कॉन्फिगरेशन किन्नी होगी 2-5 ते इहदी वैलेंसी किन्नी होगी 8-5 दैट इज 3। ठीक है बेटा, ऐदा ही आपां सब दी वैलेंसीज कढ सकदे हां। ग्रुप अते पीरियड तक पहुंचन तो पहला सानू एलीमेंट्स दी इलेक्ट्रॉनिक कॉन्फिगरेशन ते उन्हां दी वैलेंसी तो जानू होना पएगा। आ जाओ हुण नेक्स्ट गल ते पीरियड, थोड़ा जा अटोमिक पीरियोडिक टेबल दा तुहानू आइडिया दवां ते आ जिहड़ियां रोज हुंदियां ने ठीक है दैट बेसिकली ग्रुप्स। ठीक है, पर जे मैं गल करा पीरियड्स दी ते आ वलियां 7 रोज हुंदियां ने दैट एक्ट एज अ पीरियड्स। ठीक है, हुण तुसी किसे दा पीरियड किद्दां कैलकुलेट करोगे, तो लेट अस स्टार्ट विद हाइड्रोजन। हाइड्रोजन दा एटॉमिक नंबर 1 है, इत्थे मैं लिख दिंदी हां इहदा एटॉमिक नंबर तां कि तुहानू कन्फ्यूजन ना होवे। ਇੱਥੇ ਮੈਂ ਲਿਖ ਦਿੰਦੀ ਹਾਂ ਈ ਸੀ, ਈ ਸੀ ਮੀਨਸ ਇਲੈਕਟ੍ਰੋਨਿਕ ਕੌਨਫੀਗੇਸ਼ਨ। ਹੀਲੀਅਮ ਦੀ ਅਟੋਮਿਕ ਨੰਬਰ 2 ਹੈ ਔਰ ਇਹਦੀ ਇਲੈਕਟ੍ਰੋਨਿਕ ਕੌਨਫੀਗੇਸ਼ਨ ਵੀ 2 ਹੈ ਹੀਲੀਅਮ ਦੀ। ਠੀਕ ਹੈ, ਲੀਥੀਅਮ ਦੀ ਅਟੋਮਿਕ ਨੰਬਰ 3 ਹੈ ਅਤੇ ਇਹਦੀ ਇਲੈਕਟ੍ਰੋਨਿਕ ਕੌਨਫੀਗੇਸ਼ਨ ਹੈ 2-1। ਸਿਮੀਲਰਲੀ ਬ੍ਰਿਲੀਅਮ ਦੀ ਇਲੈਕਟ੍ਰੋਨਿਕ ਅਟੋਮਿਕ ਨੰਬਰ 4 ਹੈ ਅਤੇ ਇਲੈਕਟ੍ਰੋਨਿਕ ਕੌਨਫੀਗੇਸ਼ਨ ਹੈ 2-2। ਬੋਰੋਨ ਦੀ ਅਟੋਮਿਕ ਨੰਬਰ 5 ਹੈ ਅਤੇ ਇਲੈਕਟ੍ਰੋਨਿਕ ਕੌਨਫੀਗੇਸ਼ਨ ਹੈ 2-3। ਠੀਕ ਹੈ ਬੇਟਾ, ਲੀਥੀਅਮ ਬ੍ਰਿਲੀਅਮ ਬੋਰ। ਵਟ ਇਜ਼ ਪੀਰੀਅਡ ਇਕੁਅਲ ਟੂ, ਪੀਰੀਅਡ ਇਜ਼ ਇਕੁਅਲ ਟੂ ਨੰਬਰ ਆਫ ਸ਼ੈਲਸ। ਨੰਬਰ ਆਫ ਸ਼ੈਲਸ ਕਿੱਦਾਂ, ਯਾਨੀ ਹਾਈਡਰੋਜਨ ਦੇ ਸ਼ੈਲ ਕਿੰਨੇ ਹੈ 1, ਇਹਦਾ ਮਤਲਬ ਇਹਦਾ ਪੀਰੀਅਡ ਕਿੰਨਾ ਹੈ 1। ਹੀਲੀਅਮ ਦੇ ਨੰਬਰ ਆਫ ਸ਼ੈਲਸ ਕਿੰਨੇ ਹੈ 1, ਇਹਦਾ ਪੀਰੀਅਡ ਕਿੰਨਾ 1। ਲੀਥੀਅਮ ਦੇ ਨੰਬਰ ਆਫ ਸ਼ੈਲਸ ਕਿੰਨੇ ਨੇ 2, ਲੀਥੀਅਮ ਦਾ ਪੀਰੀਅਡ ਕਿੰਨਾ 2। ਬ੍ਰਿਲੀਅਮ ਦੇ ਨੰਬਰ ਆਫ ਸ਼ੈਲਸ ਕਿੰਨੇ ਨੇ 2, ਬ੍ਰਿਲੀਅਮ ਦਾ ਪੀਰੀਅਡ ਕਿੰਨਾ 2। ਬੋਰੋਨ ਦੇ ਨੰਬਰ ਆਫ ਸ਼ੈਲਸ ਕਿੰਨੇ ਨੇ 2, ਬੋਰੋਨ ਦਾ ਨੰਬਰ ਆਫ ਸ਼ੈਲਸ 2, ਪੀਰੀਅਡ ਕਿੰਨਾ 2। ਹੁਣ ਦੇਖੋ ਸੋਡੀਅਮ 11, ਯਾਨੀ 2-8-1, 2-8-1 ਇਹਦੇ ਦੇਖੋ ਸ਼ੈਲਸ ਕਿੰਨੇ ਨੇ 1-2-3। ਇਹਦਾ ਮਤਲਬ ਸੋਡੀਅਮ ਲਾਈਜ ਇਨ 3rd ਪੀਰੀਅਡ, ਸੋਡੀਅਮ ਲਾਈਜ ਇਨ 3rd ਪੀਰੀਅਡ। ਸੋ ਇਹਦਾ ਮਤਲਬ ਦਿਸ ਇਜ਼ ਦਾ ਸ਼ੋਰਟੈਸਟ ਟ੍ਰਿਕ ਟੂ ਲਰਨ ਦਾ ਪੀਰੀਅਡ। ਬੇਟਾ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਗਰੁੱਪ ਨੰਬਰ ਦੀ, ਇਹਦੀ ਵੀ ਮੈਂ ਤੁਹਾਨੂੰ ਇਗਜ਼ਾਮਪਲ ਲੈ ਕੇ ਸਮਝਾਉਂਦੀ ਹਾਂ। ਬੇਟਾ ਇੱਥੇ ਮੰਨ ਲਓ ਅਸੀਂ ਸੋਡੀਅਮ ਦਾ ਗਰੁੱਪ ਫਾਇੰਡ ਆਊਟ ਕਰਨਾ ਹੈ ਅਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੋਡੀਅਮ ਦੀ ਇਲੈਕਟ੍ਰੋਨਿਕ ਕੌਨਫੀਗੇਸ਼ਨ ਹੈ 2-8-1 ਕਿਉਂਕਿ ਇਹਦਾ ਅਟੋਮਿਕ ਨੰਬਰ ਹੈ 11। ਜੇ ਮੈਂ ਤੁਹਾਨੂੰ ਪੀਰੀਅਡ ਦੀ ਗੱਲ ਦੱਸਾਂ ਤਾਂ ਪੀਰੀਅਡ ਕਿਹਦੇ ਬਰਾਬਰ ਹੁੰਦਾ ਹੈ ਨੰਬਰ ਆਫ ਸ਼ੈਲਸ ਦੇ, ਤਾਂ ਤੁਸੀਂ ਬਹੁਤ ਆਸਾਨੀ ਨਾਲ ਲਿਖ ਸਕਦੇ ਹੋ ਸੋਡੀਅਮ ਦਾ ਪੀਰੀਅਡ 3 ਹੈ। ਪਰ ਜੇ ਮੈਂ ਗਰੁੱਪ ਦੀ ਗੱਲ ਕਰਾਂ ਤਾਂ ਤੁਸੀਂ ਗਰੁੱਪ ਕਿੱਦਾਂ ਡਿਟੈਕਟ ਕਰੋਗੇ, ਬੇਟਾ ਇਹਦੀ ਸ਼ੋਰਟ ਟ੍ਰਿਕ ਹੈ ਗਰੁੱਪ ਇਜ਼ ਇਕੁਅਲ ਟੂ ਨੰਬਰ ਆਫ ਵੇਲੈਂਸ ਇਲੈਕਟ੍ਰੋਨਸ। ਹੁਣ ਦੇਖੋ ਇਹਦੇ ਵੇਲੈਂਸ 'ਚ ਕਿੰਨੇ ਇਲੈਕਟ੍ਰੋਨਸ ਹੈ 1, ਤਾਂ ਤੁਸੀਂ ਕਹਿ ਦਿਓਗੇ ਕਿ ਸੋਡੀਅਮ ਦਾ ਜਿਹੜਾ ਗਰੁੱਪ ਹੈ ਉਹ 1 ਹੈ। ਜੇ ਮੈਂ ਮੈਗਨੀਸ਼ੀਅਮ ਦੀ ਗੱਲ ਕਰਾਂ ਤਾਂ ਉਸਦਾ ਅਟੋਮਿਕ ਨੰਬਰ 12 ਹੈ ਅਤੇ ਉਹਦੀ ਇਲੈਕਟ੍ਰੋਨਿਕ ਕੌਨਫੀਗੇਸ਼ਨ ਹੋ ਗਈ 2-8-2। ਯਾਨੀ ਅਗਰ ਮੈਂ ਪੀਰੀਅਡ ਦੀ ਗੱਲ ਕਰਾਂ ਤਾਂ ਤੁਸੀਂ ਨੰਬਰ ਆਫ ਸ਼ੈਲਸ ਗਿਣੋ 1-2-3, ਔਰ ਇਹਦੇ ਪੀਰੀਅਡ ਵੀ ਹੋ ਗਏ 3। ਪਰ
ਇਹਦਾ ਗਰੁੱਪ ਅਸੀਂ ਕਿੱਥੋਂ ਡਿਟੈਕਟ ਕਰਾਂਗੇ? ਇਹਦਾ ਗਰੁੱਪ ਅਸੀਂ ਡਿਟੈਕਟ ਕਰਾਂਗੇ ਵੈਲੈਂਸ ਸ਼ੈਲ ਦੇ ਇਲੈਕਟ੍ਰੋਨਸ ਤੋਂ, ਯਾਨੀ ਇਹਦਾ ਗਰੁੱਪ ਕੀ ਹੋ ਗਿਆ? 2। ਠੀਕ ਹੈ ਬੇਟਾ। ਪਰ ਹੁਣ ਆਪਾਂ ਗੱਲ ਕਰਦੇ ਹਾਂ ਅਲਮੀਨੀਅਮ ਦੀ। ਅਲਮੀਨੀਅਮ ਦਾ ਐਟੋਮਿਕ ਨੰਬਰ ਕਿੰਨਾ ਹੈ? 13। ਯਾਨੀ ਇਹਦੀ ਇਲੈਕਟ੍ਰੋਨਿਕ ਕੌਨਫੀਗੇਸ਼ਨ ਕਿੰਨੀ ਹੈ? 2, 8, 3। ਇਹਦੇ ਪੀਰੀਅਡ ਕਿੰਨੇ ਹੋ ਗਏ? 1, 2, 3, ਯਾਨੀ 3rd ਪੀਰੀਅਡ। ਪਰ ਇਹਦਾ ਗਰੁੱਪ ਕੀ 3 ਹੋਏਗਾ? ਨੋ। ਇਹ 'ਚ ਤੁਸੀਂ ਕੀ ਰੂਲ ਕਰੋਗੇ? ਦੈਟ ਗਰੁੱਪ ਇਜ ਇਕੁਅਲ ਟੂ ਵੈਲੈਂਸ ਇਲੈਕਟ੍ਰੋਨਸ ਪਲੱਸ 10। ਯਾਨੀ ਇਹਦੇ ਵੈਲੈਂਸ ਇਲੈਕਟ੍ਰੋਨ ਕਿੰਨੇ ਹੈ? 3। 3 'ਚ ਤੁਸੀਂ ਕਿੰਨੇ ਐਡ ਕਰੋਗੇ? 10। ਅਤੇ ਯਾਨੀ ਅਲਮੀਨੀਅਮ ਦਾ ਗਰੁੱਪ ਨੰਬਰ ਕਿੰਨਾ ਹੋ ਗਿਆ? 13। ਬੇਟਾ ਇਹ 'ਚ ਆਪਾਂ ਹੋਰ ਵੀ ਇਗਜ਼ਾਮਪਲਸ ਕਰ ਸਕਦੇ ਹਾਂ। ਕਾਰਬਨ ਦੀ ਇਗਜ਼ਾਮਪਲ ਲੈਂਦੇ ਹਾਂ। ਕਾਰਬਨ ਦਾ ਐਟੋਮਿਕ ਨੰਬਰ 6 ਹੈ। ਇਸ ਦੀ ਇਲੈਕਟ੍ਰੋਨਿਕ ਕੌਨਫੀਗੇਸ਼ਨ 2, 4 ਹੈ। ਇਸ ਦਾ ਜੇ ਪੀਰੀਅਡ ਦੀ ਗੱਲ ਕਰਾਂ ਤਾਂ 2 ਨੇ, ਅਤੇ ਅਗਰ ਮੈਂ ਇਸ ਦੇ ਗਰੁੱਪ ਦੀ ਗੱਲ ਕਰਾਂ ਤਾਂ ਬੇਟਾ ਫਿਰ ਕੀ ਹੋ ਜਾਏਗਾ? 4 + 10 = 14। ਠੀਕ ਹੈ ਬੇਟਾ। ਇੱਦਾਂ ਹੀ ਮੈਂ ਨਾਈਟ੍ਰੋਜਨ ਦੀ ਗੱਲ ਕਰਦੀ ਹਾਂ। ਉਸ ਦੀ ਇਲੈਕਟ੍ਰੋਨਿਕ ਕੌਨਫੀਗੇਸ਼ਨ ਹੈ 2, 5 ਔਰ ਐਟੋਮਿਕ ਨੰਬਰ ਹੈ 7 ਔਰ ਇਸ ਦੇ ਪੀਰੀਅਡ ਕਿੰਨੇ ਹੋ ਗਏ? 2। ਪਰ ਜੇ ਮੈਂ ਗਰੁੱਪ ਦੀ ਗੱਲ ਕਰਾਂ ਤਾਂ 5 + 10 ਦੈਟ ਇਜ਼ 15। ਇਹਦਾ ਮਤਲਬ ਗਰੁੱਪ ਨੰਬਰ ਦਾ ਜਨਰਲ ਰੂਲ ਕੀ ਹੋਇਆ ਕਿ ਜੇ ਤਾਂ ਵੈਲੈਂਸ ਸ਼ੈਲ 'ਚ ਇਲੈਕਟ੍ਰੋਨ 1 ਤਾਂ 2 ਹੈ, ਤਾਂ ਗਰੁੱਪ ਨੰਬਰ ਇਜ਼ ਇਕੁਅਲ ਟੂ ਵੈਲੈਂਸ ਇਲੈਕਟ੍ਰੋਨਸ। ਪਰ ਜੇ 3, 4, 5, 6 ਸੋ ਔਨ ਹੈ ਤਾਂ ਫਿਰ ਇਟ ਇਜ਼ ਇਕੁਅਲ ਟੂ ਵੈਲੈਂਸ ਇਲੈਕਟ੍ਰੋਨਸ ਪਲੱਸ 10। ਠੀਕ ਹੈ ਬੇਟਾ। ਇਹ ਸਾਡਾ ਗਰੁੱਪ ਨੰਬਰ ਦਾ ਜਨਰਲ ਰੂਲ ਹੋ ਗਿਆ। ਪੀਰੀਅਡ ਦਾ ਰੂਲ ਵੀ ਅਸੀਂ ਕੀਤਾ, ਦੈਟ ਇਜ਼ ਇਕੁਅਲ ਟੂ ਨੰਬਰ ਆਫ ਸ਼ੈਲਸ। ਸੋ ਹੋਪ ਕਰਦੀ ਹਾਂ ਕਿ ਇਸ ਵੇ ਦੇ ਨਾਲ ਤੁਸੀਂ ਗਰੁੱਪ ਨੰਬਰ ਅਤੇ ਪੀਰੀਅਡ ਨੰਬਰ ਬਹੁਤ ਆਸਾਨੀ ਨਾਲ ਫਾਈਂਡ ਆਊਟ ਕਰ ਸਕਦੇ ਹੋ। ਜੋ ਵੀ ਤੁਹਾਨੂੰ ਅੱਜ ਤੱਕ ਇਲੈਕਟ੍ਰੋਨਿਕ ਕੌਨਫੀਗੇਸ਼ਨ ਅਤੇ ਵੈਲੈਂਸੀ ਦੀਆਂ ਪ੍ਰੋਬਲਮ ਸੀ, ਹੋਪ ਕਰਦੀ ਹਾਂ ਕਿ ਉਹ ਵੀ ਤੁਸੀਂ ਇਹਦੇ ਨਾਲ ਸਮਝ ਸਕਦੇ ਹੋ। ਟਿਲ ਦੈਨ ਬੇਟਾ, ਗੁੱਡ ਬਾਏ, ਟੇਕ ਕੇਅਰ।